ਮੈਨੂੰ ਨਹੀਂ ਪਤਾ ਮਸਜਿਦ ਪਿਸ਼ਾਬ ਨਹੀਂ ਕਰੀਦਾ ਇਹਨਾਂ ਦਾ ਫਿਕਰ ਕਰੀਦਾ ਨਮਾਜ਼ ਪੜ੍ਹੀ ਦੀ ਸਜਦਾ ਕਰੀਦਾ ਸਰਕਾਰ ਮੈਨੂੰ ਨਹੀਂ ਪਤਾ ਕਿ ਮਸਜਿਦ ਪਿਸ਼ਾਬ ਨਹੀਂ ਕਰੀਦਾ ਹੈ ਨੂੰ ਕੋਈ ਤੁਸੀਂ ਪੇਟ ਦੇ ਉੱਠ ਕੇ ਕੀ ਪਤਾ ਕਈ ਮਸਜਿਦ ਦਾ ਨਹੀਂ ਪਤਾ ਹੁੰਦਾ ਸਾਰੇ ਜੁੱਤੀਆਂ ਅੰਦਰ ਫਿਰ ਕਰ ਲੈਂਦੇ ਇਹਨਾਂ ਨੂੰ ਇੱਕ ਬੰਦੇ ਨੂੰ ਕਿੱਥੋਂ ਤੱਕ ਮਸਜਿਦ ਉਹ ਮੇਰੇ ਲਗਪਾਲ ਨਬੀ ਦੀ ਇਹ ਅਦਾ ਵੇਖ ਕੇ ਮੁਸਲਮਾਨ ਕਰ ਗਿਆ ਸਮਝਾਇਆ ਸਰਕਾਰ ਸਾਰੀ ਨੂੰ ਪੜੀ ਨਹੀਂ ਆ ਗਈ ਮਤਲਬ ਨਹੀਂ ਕੀਤੀ ਇਹਨਾਂ ਦਾ ਸੌੜਿਆ ਮੇਰਾ ਬਾਬਾ ਜੀ ਤੁਸੀਂ ਮਸਜਿਦ ਜਾਣਾ ਸਾਰੀ ਜ਼ਿੰਦਗੀ ਨਹੀਂ ਗਿਆ ਬਾਬਾ ਮਸਜਿਦ ਬਾਬਾ ਸਾਰੀ ਜ਼ਿੰਦਗੀ ਮਸਜਿਦ ਚ ਨਹੀਂ ਗਿਆ ਨੂੰ ਪੜੀ ਲਿਖੀ ਆ ਰਹੀ ਹੈ ਦੀਨ ਪੜੀ ਉਹਨੇ ਤਬਦੀਲ ਕੀਤੀ ਇਹਨਾਂ ਦਾ ਬਾਬਾ ਜੀ ਹੋਵੇ ਤੁਸੀਂ ਗੈਰ ਕਰੋ ਮਸਜਿਦ ਜਾਣਾ ਮਾਫੀ ਦੇਣ ਵਾਲਾ ਅੱਲਾ ਬੜਾ ਰਹੀਮ ਤੇ ਕਰੀਮ ਹੈ ਦੀਨ ਸਿੱਖੋ ਨਾਲੇ ਕਾਲੀ ਸਾਹਿਬ ਕੋਲ ਜਾ ਕੇ ਹੋਵੇ ਜੇ ਤੇ ਨਾਲੇ ਤੁਸੀਂ ਦੀਨ ਸਲਾਮ ਪੜੋ ਤੇ ਕੋਈ ਗੁਸਲ ਦੇ ਵਜੂਦ ਦੇ ਫਰਾਜ਼ ਵੀ ਸਿੱਖੋ ਤੇ ਜਾਓ ਮਸਜਿਦ ਔਰ ਬਾਬਾ ਜੀ ਗਏ ਨੇ ਮਸਜਿਦ ਦੇ ਅੰਦਰ ਬਾਬਾ ਜੀ ਨੇ ਆਂਡੇ ਹੱਥ ਬੰਨੇ ਸਨ ਖੱਬਾ ਥੱਲੇ ਨੇ ਸੱਜਾ ਉੱਤੇ ਬਾਬਾ ਜੀ ਨੇ ਸੱਜਾ ਥੱਲੇ ਰੱਖ ਲਿਆ ਖੱਬਾ ਉੱਤੇ ਰੱਖ ਲਿਆ ਨਹੀਂ ਪਤਾ ਪਹਿਲੀ ਸਭ ਬਾਬਾ ਜੀ ਖਲੋਤੇ ਨੇ ਕਾਲੀ ਸਾਹਿਬ ਦੇ ਡਾਕਟਰ ਦਾ ਨਾਂ ਲੈ ਕੇ ਬੁੱਢੇ ਹੋ ਗਏ ਨੇ ਸ਼ਰਮ ਨਹੀਂ ਆਉਂਦੀ ਅਜੇ ਤੱਕ ਨਮਾਜ਼ ਪੜ੍ਹਨ ਦਾ ਨਹੀਂ ਪਤਾ ਅਜੇ ਤੱਕ ਹੱਥ ਪੜ੍ਹਨ ਦਾ ਨਹੀਂ ਪਤਾ ਆਖਰ ਪਤਾ ਨਹੀਂ ਇਹਨਾਂ ਦੀ ਕਿੱਥੇ ਟੁੱਟਦੀ ਹੈ ਗੱਲਾਂ ਬੜੀਆਂ ਕਰਦੇ ਨੇ ਉਹਨੇ ਕਿਹਾ ਲਾ ਪੜ੍ਹੀਏ ਲੋਕੇ ਜ਼ਿੰਦਗੀ ਚ ਇੱਕ ਵਾਰੀ ਬਿਆਨ ਤੇਰੇ ਕਰ ਦੇ ਐਂਦਾ ਨਹੀਂ ਮੈਂ ਮਸਜਿਦ ਜਾਵਾਂ ਅੰਦਾਜ਼ ਸਮਝਾਉਣ ਲੱਗ ਜਾ ਅਲਫ ਬਾ ਤਾ ਸਾ ਨਹੀਂ ਹੁੰਦਾ ਅੰਗੂਠਾ ਬੱਚਾ ਦਾ ਮੈਂ ਮਸਜਿਦ ਨਹੀਂ ਜਾਣਾ ਤੇ ਅੰਗਰੇਜ਼ੀ ਸਕੂਲ ਵਾਲੇ ਕੀ ਕਰਦੇ ਨੇ ਬੇਟਾ ਜੇ ਪੜੋ ਏ ਫਾਰ ਐਪਲ ਬੀ ਫਾਰ ਇਦਰ ਉਹ ਦੱਸ ਦਿਓ ਬੋਰਡ ਬਾਲ ਲਾ ਲਓ ਬੋਰਡ ਲਾ ਲਓ ਸੀ ਫਾਰ ਹੈ ਨਹੀਂ ਹੁੰਦਾ ਤਾਂ ਬੱਚੇ ਉਹਨਾਂ ਰੁਪਈਏ ਵੀ ਤੁਹਾਡੇ ਕੋਲ ਖੁੱਲੇ ਲੈਣੇ ਨੇ ਹਜ਼ਾਰ 1500 ਦਾ ਫੀਸ ਲੈਣੀ ਹੈ ਬੱਚੇ ਤੁਹਾਡੇ ਨੂੰ ਚੰਡ ਵੀ ਨਹੀਂ ਮਾਰਨੀ ਬਾਰ ਬਾਰ ਪੜ੍ਹਾਉਣਾ ਅਗਰ ਇੱਕ ਸਾਲ ਚ ਬੱਚਾ ਕਾਮਯਾਬ ਨਹੀਂ ਹੁੰਦਾ ਉਹਨਾਂ ਅਗਲੇ ਸਾਲ ਫਿਰ ਤੁਹਾਡੇ ਕੋਲ ਫੀਸ ਦਬਾ ਕੇ ਲੈਣੀ ਹੈ ਇੱਕੋ ਸਾਲ ਚ ਦੋ ਕਲਾਸਾਂ ਲਵਾਉਣੀਆਂ ਲੇਕਿਨ ਉਹਨਾਂ ਨੇ ਚੰਡ ਨਹੀਂ ਮਾਰਨੀ ਉਹਨਾਂ ਨੇ ਬੜੇ ਆਰਾਮ ਨਾਲ ਤੁਹਾਨੂੰ ਪੜ੍ਹਾਉਣਾ ਏ ਫਾਰ ਐਪਲ ਮੇਰਾ ਬੇਟਾ ਇਸ ਤਰ੍ਹਾਂ ਪੜ੍ਹੋ ਇਸ ਤਰ੍ਹਾਂ ਪੜ੍ਹੋ ਲੋ ਪਿਆਰ ਕਰਦਿਆਂ 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 ਬੱਚਾ ਦੁਨੀਆਂ ਦੀ ਤਲੀਮ ਵੀ ਬਣ ਗਿਆ ਹੱਥੋਂ ਪੈਸੇ ਵੀ ਜਿੱਤੇ ਲੇਕਿਨ ਅਗਰ ਉਹਨੂੰ ਇਹ ਪਿਆਰ ਦੀਨੀ ਦਸਗਾਹ ਚੋਂ ਮਿਲਦਾ ਉਹ ਬਤਾ ਬੱਚਾ ਬਹੁਤ ਖੁਸ਼ ਹੋ ਜਾਂਦਾ ਇਹ ਜਮਾਤ ਅਲੀ ਸ਼ਾਹ ਸਾਹਿਬ ਜੰਗ ਦੇ ਜਮਾਤ ਅਲੀ ਸ਼ਾਹ ਸਰਕਾਰ ਦੇ ਵਾਲਦ ਸਾਹਿਬ ਨੇ ਬੜੀ ਮਿਹਨਤ ਕੀਤੀ ਕੁਰਾਨ ਪੜਾਇਆ ਔਰ ਅੱਗੋਂ ਜਿਹੜਾ ਜਿਹੜਾ ਬੰਦਾ ਕੁਰਾਨ ਉਹਨਾਂ ਕੋਲ ਪੜ੍ਹ ਚੁੱਕਿਆ ਜਾਂ ਜਿਸ ਬੰਦੇ ਨੇ ਦੁਆ ਲਈਏ ਮੁਰੀਦ ਹੋ ਕੇ ਇਹ ਉਹਨਾਂ ਦੀ ਇੱਕ ਫੈਜ਼ਾਨ ਦੀ ਖਾਸੀਅਤ ਹੈ ਉਹਨਾਂ ਦੀਆਂ ਨਸਰਾਂ ਦੇ ਵਿੱਚੋਂ ਹਾਫਿਜ਼ ਕੁਰਾਨ ਖਤਮ ਨਹੀਂ ਹੁੰਦਾ ਐਸਾ ਕੁਰਾਨ ਮਰਿਸ਼ ਤੇ ਫੈਜ਼ਾਨ ਹੈ ਹਰ ਬਜ਼ੁਰਗ ਦੀ ਕਰਾਮਤ ਦੀ ਇੱਕ ਫੈਜ਼ ਹੁੰਦਾ ਖੁਦ ਕੁਰਾਨ ਨਾਲ ਪਿਆਰ ਕੀਤਾ ਹੈ ਔਲਾਦ ਨੂੰ ਇਸ ਪਾਸੇ ਲਾਇਆ ਇਸ ਵਾਸਤੇ ਅਜ਼ੀਜ਼ ਸਾਥੀਓ ਗੁਮਾਨ ਜਿਹੜਾ ਨਾ ਗੁਮਾਨ ਇੱਕ ਜਗ੍ਹਾ ਤੇ ਬਹਿ ਕੇ ਕਾਟਾ ਖਾ ਰਿਹਾ ਸਾਰੇ ਬੰਦੇ ਮਸਬੀ ਨੇ ਮਸਲਕ ਵੀ ਇੱਕ ਹੈ ਮਸਲਕ ਵੀ ਇੱਕ ਹੈ ਵੀ ਸਾਰੇ ਮਸਬੀ ਹੈ ਵੀ ਨਮਾਜ਼ੀ ਖਾਣਾ ਵੀ ਇੱਕ ਜਗ੍ਹਾ ਤੇ ਬਹਿ ਖਾ ਲਿਆ ਲੇਕਿਨ ਸਾਡੇ ਦਿਲ ਇੱਕ ਦੂਸਰੇ ਨਾਲ ਬਾਇਲ ਨਹੀਂ ਕਦੋਂ ਜਾ ਕੇ ਜਵਾਬ ਆ ਜਾਏਗਾ ਜਦੋਂ ਅਸੀਂ ਆਪਣੇ ਮਾਤਾ ਲੋਕਾਂ ਦੀ ਤਰਬੀਅਤ ਕਰਾਂਗੇ ਬੇਟਾ ਨਹੀਂ ਸਦਾ ਦੀ ਇੱਜ਼ਤ ਕਰਨੀ ਹੈ ਪਾਬੰਦੀ ਨਹੀਂ ਸ਼ਰੀਅਤ ਦੀ ਉਹਦੇ ਕਾਫੀ ਸਾਰੇ ਫਿਰ ਵੀ ਅਸੀਂ ਉਹਨੂੰ ਆਖੀ ਪੀਰ ਸਾਹਿਬ ਪੀਰ ਸਾਹਿਬ ਫਿਰ ਸਾਡੀ ਮਜਬੂਰੀ ਅਸੀਂ ਉਹਨੂੰ ਪੀਰ ਸਾਹਿਬ ਸਮਝਾ ਸਕਦੇ ਤਰਬੀਅਤ ਤੇ ਨਹੀਂ ਕਰ ਸਕਦੇ ਮੂੰਹ ਮੋੜ ਲਾਂਗੇ ਕੋਲ ਨਹੀਂ ਪਵਾਂਗੇ ਫਿਰ ਸਾਡੀ ਮਜਬੂਰੀ ਹੈ ਹਾਂ ਕੋਈ ਅਗਰ ਚੱਲਦਾ ਵੀ ਪਿਆ ਸੁਨਤ ਦੇ ਉੱਤੇ ਵੀ ਇਤਬਾਹ ਦਾ ਪਾਬੰਦ ਤੇ ਫਿਰ ਖੁਦਾ ਦੇ ਬੰਦੇ ਉਹਦੀ ਇੰਨੀ ਕੁ ਹਯਾ ਕਰੋ ਉਹਨੂੰ ਵੀ ਮਹਿਸੂਸ ਹੋਵੇ ਕਿ ਮੈਂ ਕੁਰਾਨ ਅੱਲਾ ਦਾ ਪੜ੍ਹਿਆ ਬਾਕੀ ਕੁਰਾਨ ਪੜ੍ਹਨ ਵਾਲਿਆਂ ਦੀ ਇੱਜ਼ਤ ਹੁੰਦੀ ਹੈ ਆਪਣੇ ਇਮਾਮ ਮਸਜਿਦ ਦੀ ਇੱਜ਼ਤ ਕੀਤਾ ਕਰੋ ਆਪਣੇ ਹਾਫਿਜ਼ ਸਾਹਿਬ ਦੀ ਇੱਜ਼ਤ ਕੀਤਾ ਕਰੋ ਆਪਣੇ ਖਤੀਬ ਸਾਹਿਬ ਦੀ ਇੱਜ਼ਤ ਕੀਤਾ ਕਰੋ ਪਿਛਲੇ ਦਿਨਾਂ ਜਨਾਬ ਕੇਸ ਆਇਆ ਸਾਡੇ ਕੋਲ ਮੈਂ ਕਿਹਾ ਜੀ ਤੁਸੀਂ ਪੀਰ ਸਾਹਿਬ ਆਉਂਦੇ ਹੋ ਕਿ ਇਹਨਾਂ ਦੀ
ਇੱਜ਼ਤ ਕੀਤਾ ਕਰੋ ਤੇ ਸਾਡੇ ਦੋਵੇਂ ਕਾਲੀ ਸਾਹਿਬ ਦੀ ਤੇ ਇਮਾਮ ਸਾਹਿਬ ਦੀ ਮਰੀ ਐਡੀ ਦੀ ਸ਼ੇਰ ਬਸ ਦਾੜੀ ਸੁਣਨ ਦਾ ਦਰਦ ਹੋਵੇ ਸਾਡੇ ਨਾਲ ਕੀ ਖਿਦਮਤ ਹੈ ਉਹਨਾਂ ਕਹਿ ਇੱਕ ਵਾਰੀ ਸੱਚਿਆ ਤੂੰ ਗੱਲ ਵੀ ਪੈ ਜਾਣੀ ਹੋਰ ਆਪਣੀ ਨਮਾਜ਼ ਨਹੀਂ ਬਚਾਉਣੀ ਬਿਹਤਰ ਫਿਰ ਉਹਦੇ ਪਿੱਛੇ ਨਮਾਜ਼ ਨਾ ਪੜੋ ਤੁਸੀਂ ਆਲਮ ਨਹੀਂ ਲਾ ਲਓ ਆਪਣਾ ਬਹਿਸ ਨਾ ਕਰੋ ਤੁਸੀਂ ਕਿਸੇ ਆਲਮ ਦੀਨ ਉਹਨਾਂ ਦੀ ਗੁਫ਼ਤਗੂ ਕਰਵਾਓ ਤੁਸੀਂ ਇਸ ਕਾਬਲ ਹੋ ਇਲਮ ਦਾ ਹੱਥ ਫਿਰ ਨਹੀਂ ਤੇ ਸ਼ਰਕੀਅਤ ਮਸੱਲਾ ਰਸੂਲ ਮੈਂਬਰ ਰਸੂਲ ਦੇ ਕੋਈ ਤਕਾਜ਼ੇ ਨੇ ਬੜੀ ਗੈਰਤ ਹੈ ਮਸੱਲਾ ਰਸੂਲ ਦੇ ਅੰਦਰ ਹਰ ਬੰਦੇ ਦੀ ਜ਼ੁਰਤ ਨਹੀਂ ਮਸੱਲੇ ਦੇ ਉੱਤੇ ਚੜ ਜਾਏ ਬੜੀ ਗੈਰਤ ਹੈ ਇਹ ਅੰਬਿਆ ਦੀ ਮਸਲਾ ਦੇ ਇੱਥੇ ਨਬੀ ਖਲੋਂਦੇ ਰਹੇ ਨੇ ਮਸੱਲੇ ਰਸੂਲ ਤੇ ਅਬੂ ਬਕਰ ਸਦੀਕ ਵਰਗੇ ਖਲੋਂਦੇ ਰਹੇ ਨੇ ਹਰ ਬੰਦੇ ਦੀ ਜ਼ੁਰਤ ਨਹੀਂ ਕਿ ਉਹ ਮਸੱਲਾ ਰਸੂਲ ਦੇ ਤਹਿਤ ਨਮਾਜ਼ ਪੜ੍ਹਾਉਣੀ ਸ਼ੁਰੂ ਕਰ ਦਿੰਦੇ ਇਸ ਵਾਸਤੇ ਗੁਮਾਨ ਅੱਛਾ ਬਾਕੀ ਮੰਜ਼ਲਾਂ ਜ਼ਿਕਰ ਅਜ਼ਕਾਰ ਦੀਆਂ ਤੇ ਫਿਰ ਜਿਵੇਂ ਬਰਤਨ ਹੋਵੇ ਉਵੇਂ ਅੱਲਾ ਵਾਲੇ ਨਵਾਜ ਦਿੰਦੇ ਨੇ ਨਿਗਾਹ ਤਵੱਜੋ ਇਹਦੀਆਂ ਤਸ਼ੀਰਾਂ ਨੇ ਫਰਕ ਵੱਧ ਨਜ਼ਰ ਲੱਗ ਗਈ ਜੀ ਬੱਚੇ ਨੂੰ ਅਮੀਰ ਸਾਹਿਬ ਹੈ ਨਾ ਜੀ ਵੱਧ ਨਜ਼ਰ ਲੱਗ ਗਈ ਕਿਹਨੂੰ ਲੱਗ ਗਈ ਬੱਚੇ ਨੂੰ ਲੱਗ ਗਈ ਇਸ ਕਦਰ ਨੂੰ ਅਮੀਰ ਸਾਹਿਬ ਲੋਕ ਮੰਨਦੇ ਰਹਿੰਦਾ ਹਾਂ ਕਾਲੀ ਸਾਹਿਬ ਕੋਲ ਦਮ ਕਰੋ ਸ਼ਾਹਰਾਂ ਕੋਲ ਦਮ ਕਰੋ ਪੀਰਾਂ ਕੋਲ ਦਮ ਕਰੋ ਕੀ ਹੋਇਆ ਜੀ ਵੱਧ ਨਜ਼ਰ ਲੱਗ ਗਈ ਫਲਕ ਨਾਸ ਪੜ ਕੇ ਫੂਕ ਮਾਰਨੀ ਪੈਂਦੀ ਹੈ ਦਰੂਸ਼ੀ ਪੜ ਕੇ ਨਹੀਂ ਤੇ ਪੀਰ ਸਾਹਿਬ ਤੋਂ ਲੈ ਜਾਵੇ ਕਾਲੀ ਸਾਹਿਬ ਤੋਂ ਲੈ ਜਾਵੇ ਦਮ ਕਰਨ ਕੇ ਬੱਚਾ ਸੋ ਜਾਏਗਾ ਵੱਧ ਨਜ਼ਰ ਚ ਇੰਨਾ ਅਸਰ ਹੈ ਚੰਗੀ ਨਜ਼ਰ ਤੇ ਸਭ ਤੋਂ ਵਧੀਆ ਮੇਨ ਨਜ਼ਰ ਦਾ ਹੀ ਇਤਰਾਜ਼ ਹੈ ਨਾ ਕਿ ਸਾਫ਼ ਐਂਡ ਕਰ ਦੇ ਬੰਦਾ ਫੜ ਜਾਂਦਾ ਐਂਡ ਕਰ ਕੇ ਵੇਂਦੇ ਨੇ ਜਦੋਂ ਦਿਲ ਜ਼ਿਕਰ ਹੋ ਜਾਂਦਾ ਉਹ ਭਾਈ ਸਾਫ਼ੀ ਦੇ ਘਰ ਦੀ ਗੱਲ ਨਹੀਂ ਤੇ ਜਿੰਨੇ ਬਜ਼ੁਰਗਾਂ ਦੇ ਜੀ ਆ ਰਹੇ ਨੇ ਇਹਨਾਂ ਨੂੰ ਨਜ਼ਰ ਹੀ ਲੱਗੀ ਹੋਈ ਹੈ ਜੇ ਪੀਰ ਫੇਰ ਵਾਲੀ ਸਾਹ ਸਾਹਿਬ ਸਿਆਲ ਸ਼ਰੀਫ ਪੈ ਰਹੇ ਪੀਰ ਸਿਆਲ ਦੀ ਨਜ਼ਰ ਲੱਗੀ ਹੈ ਸ਼ਹਿਨ ਸ਼ਾਹ ਨੂੰ ਉਧਰ ਸਦੀਕ ਰਜ਼ੀ ਅੱਲਾਹ ਤਾਲਾ ਨੂੰ ਨਜ਼ਰ ਲੱਗੀ ਹੈ ਮੌਲਾ ਉਮਰ ਨੂੰ ਨਜ਼ਰ ਲੱਗੀ ਹੈ ਫਜ਼ਾਲਾ ਕਦਮ ਦੇ ਰਾਜੇ ਤੇ ਆਇਆ ਸਰਕਾਰ ਤਵਾਫ ਤੇ ਕਰਦੇ ਨੇ ਮੇਰੇ ਨਜਪਾਲ ਨਬੀ ਨੇ ਫਜ਼ਾਲਾ ਦੀਆਂ ਅੱਖਾਂ ਪਾ ਕੇ ਵੇਖਿਆ ਸੀਨੇ ਤੇ ਹੱਥ ਮਾਰ ਕੇ ਤਵੱਜੋ ਕੀਤੀ ਉਹ ਫਰਮਾ ਫਜ਼ਾਲਾ ਜੰਨਤ ਚ ਸੜ ਲੈ ਆਂਦਾ ਮੈਂ ਪਿਘਲ ਗਿਆ ਨਜ਼ਰ ਲੱਗੀ ਹੈ ਅਬੂ ਹਰਾਰਾ ਚਾਦਰ ਲੈ ਕੇ ਤੇ ਨਜਪਾਲ ਨਬੀ ਦੇ ਕੋਲ ਯਾ ਰਸੂਲ ਅੱਲਾ ਕੋ ਗੱਲ ਯਾਦ ਨਹੀਂ ਰਹਿੰਦੀ ਆਪ ਨੇ ਫਰਮਾ ਚਾਦਰ ਵਿਛਾ ਮੈਨੂੰ ਦੱਸੋ ਨਜਪਾਲ ਨਬੀ ਨੇ ਮੁਹੰਮਦ ਮੁਸਤਫਾ ਕਰੀਮ ਨਬੀ ਨੇ ਅਬੂ ਹਰਾਰਾ ਨੂੰ ਕਿਹੜਾ ਵਜ਼ੀਫਾ ਦਿੱਤਾ ਹੈ ਆ ਪੜਦਾ ਨਹੀਂ ਇਲਮ ਯਾਦ ਰਹੇਗਾ ਨਹੀਂ ਨਹੀਂ ਚਾਦਰ ਵਿਛਾ ਨਜ਼ਰ ਲੱਗੀ ਹੈ ਨਜ਼ਰ ਲੱਗੀ ਹੈ ਫਰਮਾ ਸੀਨੇ ਨਾਲ ਲਾਲਾ ਸੈਯਦਨਾ ਅਬੂ ਹਰਾਰਾ ਸਭ ਤੋਂ ਵੱਡੇ ਰਾਵੀ ਚੌਕੀਆਂ ਦੀ ਸਾਂ ਆਪ ਨੇ ਬਾਤ ਕੀਤੀਆਂ ਚੀਜ਼ ਦੀ ਬੋਲੀ ਭੁੱਲੀ ਅਮਲ ਕੀ ਹੈ ਤਵੱਜੋ ਕੀ ਹੈ ਦੀ ਤਵੱਜੋ ਔਰ ਤਵੱਜੋ ਅਬੂ ਹਰਾਰਾ ਮਾ ਸਬਲਲਹੁ ਫੀ ਸਦਰੀ ਸੈਯਦ ਇਲਾ ਸਬਤੁ ਫੀ ਸਦਰੀ ਅਬੀ ਬਕਰ ਪੁੱਛੋ ਅਬੂ ਬਕਰ ਨੂੰ ਤਵੱਜੋ ਕੀ ਦੀ ਨਿਗਾਹ ਵਾਲਾ ਫੈਜ਼ ਹੈ ਕੀ ਤੁਹਾਡੀਆਂ ਮੇਰੀ ਸਵੇਰੇ ਖਾਸ਼ਾਂ ਜਨਮ ਲੈਂਦੀਆਂ ਸ਼ਾਮੀ ਬਦਲ ਜਾਂਦੀਆਂ 12 ਵਜੇ ਹੋਰ ਖਾਸ਼ਾਂ ਨੇ ਸੌਣ ਲੱਗਿਆ ਹੋਰ ਨੇ ਸਵੇਰੇ ਹੋਰ ਨੇ ਦੁਪਹਿਰੀ ਹੋਰ ਨੇ ਜੇ ਕਿਤੇ ਰੁਪਈਏ 4 ਆ ਗਏ ਰੁਪਈਏ 10 ਲੱਖ ਆ ਗਿਆ ਫਿਰ ਹੋਰ ਨੇ ਥੋੜੇ ਜਿਹੇ ਹੋਰ ਵੀਰ ਹੋ ਗਿਆ ਵੱਡੀ ਕਾਰ ਤੇ ਪੈ ਗਿਆ ਫਿਰ ਹੋਰ ਨੇ ਮੁੜ ਖੋਦੀਆਂ ਦੀ ਜਾ ਗਿਆ ਫਿਰ ਖਾਸ਼ਾਂ ਹੋਰ ਨੇ ਗਰਮੀ ਲੱਗੀ ਹੈ ਖਾਸ਼ਾਂ ਹੋਰ ਨੇ ਸਰਦੀ 'ਚ ਹੋਰ ਨੇ ਗਰੀਬੀ 'ਚ ਹੋਰ ਨੇ ਅਮੀਰਾਂ ਅਮੀਰੀ 'ਚ ਹੋਰ ਨੇ ਵਾਹ ਮੌਲਾ ਅਬੂ ਬਕਰ ਸਦੀਕ ਤੇਰੀ ਅਜ਼ਮਤ ਤੋਂ ਕੁਰਬਾਨ ਜਾਈਏ ਮੌਸਮ ਜਿੰਦ ਦਾ ਵੀ ਹੈ ਵਕਤ ਜਿੰਦ ਦਾ ਵੀ ਹੈ ਖਾਸ਼ਾ ਤੇਰੀ ਨਹੀਂ ਨਜ਼ਰ ਇਲਾ ਵਜਹ ਰਸੂਲullah ਅਬੂ ਬਕਰ ਸਦੀਕ ਦੀ ਨਜ਼ਰ ਹੋਵੇ ਚਿਹਰਾ ਮੁਸਤਫਾ ਹੋਵੇ ਬਸ ਮਦੀਨੇ ਸੇ ਮੰਗਾਈ ਜਾਤੀ ਹੈ ਸੀਨੋਂ ਮੇ ਛੁਪਾਈ ਜਾਤੀ ਹੈ ਤੌਹੀਦ ਕੀ ਮੈਂ ਪਿਆਲੋਂ ਸੇ ਨਹੀਂ ਨਜ਼ਰੋਂ ਨਜ਼ਰੋਂ ਸੇ ਫੈਲਾਈ ਜਾਤੀ ਹੈ
ਨਾ ਅੰਜ ਜ਼ਿਕਰ ਹੋ ਰਹੇ ਜਿਸ ਮਾਲਕ ਨੇ ਤੁਹਾਨੂੰ ਜਾਨ ਦਿੱਤੀ ਹੈ, ਜਿਸ ਮਾਲਕ ਨੇ ਤੁਹਾਨੂੰ ਇੱਥੋਂ ਤੱਕ ਪਹੁੰਚਾਇਆ, ਨਾ ਉਹਦਾ ਨਾ ਪੀਰਾਂ ਦਾ ਨਹੀਂ ਅਜੇ ਲੈਣਾ, ਤੇ ਪੀਰਾਂ ਨੇ ਦੱਸਿਆ ਵੀ ਨਹੀਂ ਹੈ ਕੋਈ ਸਾਡੀ ਜੀ ਮੇਰਾ ਨਾਂ ਨਹੀਂ, ਨਾ ਅੱਲਾ ਨਹੀਂ ਚੱਲਿਓ ਤੁਸੀਂ ਪੀਰਾਂ ਕੋਲ ਲੱਭ ਜੀਏ ਤੇ ਜ਼ਿਕਰ ਹੋ ਜਾਏ ਜਰਾ ਬੁਲੰਦੀ ਦੇ ਨਾਲ ਸਰਕਾਰ ਤੁਸੀਂ وَاللَّهُ الْخَالِقُ الْبَارِئُ الْمُصَوِّرُ لَهُ
سبح له ما في السماوات والأرض وهو العزيز الحكيم. صدق سدائیں ضرورتوں کی آتی رہیں گی، جنہیں سن کے دل شاد ہوتا رہے گا۔ خدا آل سنت آباد رکھے پیارے محمد مصطفیٰ صلی اللہ علیہ وسلم کا میلاد ہوتا رہے گا۔ ابھی آپ نے ایک نعرے شکل میں حاضری ہوانی ہے تاکہ پتہ چل جائے۔ ہم نے اپنے محبت اور شوق کا اظہار کرنا ہے ایک نعرے کی شکل میں۔ آواز بلند نعرہ تکبیر پہ ایک بازو کھڑا کر کے آپ نے جواب دینا ہے۔ آواز بلند نعرہ رسالت کے دونوں ہاتھ، نعرہ تکبیر، جن اللہ والوں کے پاس ہم بیٹھتے ہیں وہ اپنی اپنے ہاتھ پر پیشانی برداشت نہیں کرتے کہ ہمارے ہاتھوں کو پیشانی لگائی جائے۔ ہمیں یہ لوگ درس دیتے ہیں اور کیسے وہ لوگ ہیں مجھے فتوے لگاتے ہیں کہ جی قبروں پہ سجدے کروائے جاتے ہیں، ایسے ہی نہیں۔ آؤ ان اللہ والوں کی محفل میں جو کہتے ہیں ہاتھوں کو چومنا ہے، ماتھا نہیں لگانا، یہ اللہ والے ایسی تربیت فرماتے ہیں۔ اور کیسے کیسے الزامات کہ یہ لوگ جی ماتھا نہیں لگانا، یہ بار بار تربیت فرمائی جاتی ہے۔ زمین پہ ماتھا لگانا ہے اور اللہ کے لیے ماتھے کو آپ نے چکانا ہے۔ ادھر جو ہے پیشانی آپ نے ہاتھوں کو نہیں لگانی، چومتے ہم حسبوں کو ہیں، چومنے کے ہم قائل ہیں۔ صحابہ ایک دوسرے کو چومتے تھے، حجرِ اسود کو چوما جاتا ہے، سرکار دو عالم صلی اللہ علیہ وسلم کے قدمان مبارک کو چوما جبریل نے، ہم پیروں کے ہاتھوں کو چومتے ہیں، نسبت کو چوما جاتا ہے۔ پیشانی صرف اللہ تعالیٰ کے آگے آپ نے جھکانی ہے اور زمین پہ لگا کے سجدہ اللہ تعالیٰ کو کیا جاتا ہے۔ اس لیے تربیت فرمائی جاتی ہے، ہاتھوں کو پیشانی نہیں لگانی اور صرف ہاتھوں کو بوسہ دینا ہے۔ ذکر والے ساتھی اور صوفی نبیل الرحمان صاحب اپنی آگے لگائیں گے، آگے بھی ان شاء اللہ خطاب آپ کا سلسلہ۔ صلی اللہ علیہ یا سب ساتھی مل کے بڑی بلند آواز سے صلی اللہ علیہ یا رسول اللہ وسلم علیک یا حبیب اللہ صلی اللہ علیہ یا